ਹਾਂਜੀ ਸਤਿ ਸ਼੍ਰੀ ਅਕਾਲ ਵੀਰੋ, ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ। ਸੋ ਸਭ ਤੋਂ ਪਹਿਲਾਂ ਤਾਂ ਲਾਲ ਬਟਨ ਦੇ ਕਰਕੇ ਕਲਿੱਕ, ਆਪਣਾ ਚੈਨਲ ਕਰ ਲਓ ਸਬਸਕ੍ਰਾਈਬ, ਨਾਲ ਹੀ ਘੰਟੀ ਦੇ ਬਟਨ ਦੇ ਕਲਿੱਕ ਜ਼ਰੂਰ ਕਰਨਾ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਅਤੇ ਜੁੜੇ ਰਹੋ ਇਸੇ ਤਰ੍ਹਾਂ ਆਪਣੇ ਚੈਨਲ ਦੇ ਨਾਲ। ਥੈਂਕ ਯੂ ਵੈਰੀ ਮਚ। ਹਾਂਜੀ ਸਤਿ ਸ਼੍ਰੀ ਅਕਾਲ ਵੀਰੋ, ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ। ਸੋ ਸਭ ਤੋਂ ਪਹਿਲਾਂ ਵੀਰੇ ਆਪਣਾ ਹੈਲਪਲਾਈਨ ਨੰਬਰ ਕਰ ਲਓ ਨੋਟ, ਨੀਚੇ ਸਕਰੀਨ ਤੇ ਸ਼ੋ ਹੋ ਰਿਹਾ। ਜੇ ਕਿਸੇ ਮੇਰੇ ਵੀਰ ਨੇ ਕੋਈ ਖੇਤੀ ਵਾਲਾ ਸੰਦ, ਹਲ ਤਵੀਆਂ, ਟਰੈਕਟਰ, ਟਰਾਲੀ ਜਾਂ ਕੋਈ ਵੀ ਮਸ਼ੀਨਰੀ ਵੀਰੇ, ਕਾਰ, ਜੀਪ, ਗੱਡੀ ਸੇਲ ਕਰਨੀ ਹੈ ਤਾਂ ਉਸਦੀਆਂ 5-7 ਫੋਟੋਆਂ ਨਾਲ ਹੀ ਲੋਡਿੰਗ ਦੀ ਜਾਣਕਾਰੀ ਆਪਣੇ ਇਸ ਨੰਬਰ ਤੇ ਵਟਸਐਪ ਕਰ ਦਿਓ, ਆਪਾਂ ਤੁਹਾਡੀ ਐਡ ਆਪਣੇ ਚੈਨਲ ਜੱਟਾਂ ਦੇ ਜਹਾਜ਼ ਤੇ ਕਰ ਦੇਵਾਂਗੇ। ਬਿਲਕੁਲ ਫ੍ਰੀ ਐਡ ਹੈ ਵੀਰੇ, ਕੋਈ ਕਮਿਸ਼ਨ ਨਹੀਂ ਆਪਣਾ। ਸੋ ਇੱਕ ਰਿਕੁਐਸਟ ਹੈ ਵੀਰੇ, ਜੋ ਕੋਈ ਮੇਰਾ ਵੀਰ ਐਡ ਕਰਵਾਉਣੀ ਆਪਣੀ ਮਸ਼ੀਨਰੀ ਸੈਂਡ ਕਰੂਗਾ ਤਾਂ ਆਪਣੀ ਚੀਜ਼ ਦਾ ਜੋ ਰੇਟ ਹੈ, ਪ੍ਰਾਈਜ਼ ਹੈ, ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਰੱਖੋ ਅਤੇ ਸਹੀ ਜਾਣਕਾਰੀ ਦਿਓ। ਸੋ ਵੀਰੇ ਬਹੁਤ ਜ਼ਿਆਦਾ ਵੀਰਾਂ ਦੀ ਕੰਪਲੇਂਟ ਆਉਂਦੀ ਹੈ, ਮੈਸੇਜ ਆਉਂਦੇ ਨੇ, ਕਮੈਂਟਸ ਆਉਂਦੇ ਨੇ ਵੀ ਵੀਡੀਓ ਦੇ ਵਿੱਚ ਰੇਟ ਜ਼ਿਆਦਾ ਰੱਖਿਆ ਗਿਆ। ਸੋ ਉਸਦੇ ਰਿਗਾਰਡਿੰਗ ਦੱਸਣ ਲੱਗੇ ਹਾਂ, ਜੋ ਕਿ ਵੀਡੀਓ ਦੇ ਵਿੱਚ ਰੇਟ ਰੱਖਿਆ ਗਿਆ ਹੁੰਦਾ ਉਹ ਸਿਰਫ ਮਾਲਕੀ ਵੀਰਾਂ ਵੱਲੋਂ ਰੱਖੀ ਗਈ ਇੱਕ ਡਿਮਾਂਡ ਹੁੰਦੀ ਹੈ, ਜੋ ਪ੍ਰਾਈਜ਼ ਮੌਕੇ 'ਤੇ ਘੱਟ ਹੋਵੇਗਾ ਮੌਕੇ 'ਤੇ ਡਿਸਕਾਊਂਟ ਕਰਨਗੇ ਵੀਰ। ਸੋ ਜੇ ਕੋਈ ਮੇਰਾ ਵੀਰ ਚੀਜ਼ ਖਰੀਦਣ ਦਾ ਚਾਹਵਾਨ ਹੈ, ਮਾਲਕ ਵੀਰਾਂ ਨਾਲ ਫੋਨ 'ਤੇ ਕਨੈਕਟ ਕਰਕੇ ਰੇਟ ਵਗੈਰਾ ਆਪਣਾ ਮਾਰਕੀਟ ਵੈਲਿਊ ਵਾਲਾ ਸੈੱਟ ਕਰਕੇ ਚੀਜ਼ ਤੁਸੀਂ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ ਚੀਜ਼ ਖਰੀਦਣ ਵੇਲੇ ਪੇਪਰ ਵਗੈਰਾ ਜ਼ਰੂਰ ਵੈਰੀਫਾਈ ਕਰੋ। ਥੈਂਕ ਯੂ ਵੀਰੇ। ਸੋ ਵੀਰੇ ਅੱਜ ਆਪਾਂ ਤੁਹਾਡੇ ਲੈ ਕੇ ਆਏ ਹਾਂ 6 ਚੀਜ਼ਾਂ ਨੇ ਸੇਲ ਦੀ ਆਪਣੇ ਕੋਲ, 5 ਗੱਡੀਆਂ ਨੇ ਵੀਰੇ, ਇੱਕ ਮੋਟਰਸਾਈਕਲ ਹੈ। ਗੱਡੀਆਂ ਦੇ ਵਿੱਚ ਆਪਣੇ ਕੋਲ ਮਰੂਤੀ 800 ਗੱਡੀ ਹੈ, ਮਰੂਤੀ ਅਲਟੋ 800 ਗੱਡੀ ਹੈ, ਮਰੂਤੀ ਸਵਿਫਟ BXI ਹੈ, ਟੋਇਟਾ ਕੈਮਰੀ ਗੱਡੀ ਹੈ, ਇੱਕ ਮਰੂਤੀ ਅਲਟੋ ਗੱਡੀ ਹੈ। ਇਹ 5 ਗੱਡੀਆਂ ਨੇ ਵੀਰੇ। ਇੱਕ ਆਪਣੇ ਕੋਲ ਕਲਾਸਿਕ ਬੁਲਟ ਮੋਟਰਸਾਈਕਲ ਹੈ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਨ ਲੱਗੇ ਹਾਂ ਮਰੂਤੀ 800 ਬਾਰੇ। ਮਰੂਤੀ 800 ਵੀਰੇ 1998 ਮਾਡਲ ਗੱਡੀ ਹੈ, ਵਧੀਆ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ। ਗੱਡੀ ਦੇ ਉਹ ਟਾਇਰ ਨੇ 55-60 ਪੈਸੇ ਟਾਇਰ ਨੇ, ਬੇਦਾਗ, ਸਾਫ਼ ਸੁਥਰੇ, ਵਧੀਆ ਓਰਿਜਨਲ ਟਾਇਰ ਨੇ, ਪੂਰੀ ਓਕੇ ਕੰਡੀਸ਼ਨ ਹੈ। ਇੰਜਨ ਗੇਅਰ ਦੀ ਕੰਡੀਸ਼ਨ ਬਿਲਕੁਲ ਓਕੇ ਵੀਰੇ, ਵਧੀਆ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਚੱਲਦੀ ਹੈ। ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਦੇਖ ਸਕਦੇ ਹੋ, ਸਰਵਿਸ ਵਗੈਰਾ ਹੋਈ ਵੀ ਹੈ, ਨੌਨ ਏਸੀ ਵੇਰੀਐਂਟ ਹੈ, ਵਧੀਆ ਓਕੇ ਕੰਡੀਸ਼ਨ ਦੇ ਵਿੱਚ ਹੈ। ਬੈਟਰੀ ਵਗੈਰਾ ਬਿਲਕੁਲ ਓਕੇ ਵੀਰੇ, ਕੋਈ ਸਟਾਰਟਿੰਗ ਪ੍ਰੋਬਲਮ ਨਹੀਂ, ਵਧੀਆ ਸਮੂਥ ਗੱਡੀ ਚੱਲਦੀ ਹੈ। ਵਧੀਆ ਸ਼ੀਟ ਕਵਰ ਵਗੈਰਾ ਲੱਗੇ ਹੋਏ ਨੇ, ਮਿਊਜ਼ਿਕ ਸਿਸਟਮ ਵਗੈਰਾ, ਬਾਕੀ ਬਾਡੀ ਲਾਈਨ ਦੀ ਗੱਡੀ ਸਾਫ਼ ਸੁਥਰੀ ਹੈ, ਕੋਈ ਕਿਤੋਂ ਗਲੀ ਸੜੀ ਨਹੀਂ, ਕੋਈ ਡੈਮੇਜ ਨਹੀਂ, ਕੋਈ ਐਕਸੀਡੈਂਟ ਨਹੀਂ, ਪੇਂਟ ਸਾਫ਼ ਸੁਥਰਾ ਪਿਆ ਵੀਰੇ, ਬਾਕੀ ਬਾਡੀ ਲਾਈਨ ਗੱਡੀ ਦੀ ਬਿਲਕੁਲ ਓਕੇ ਹੈ। ਦਿੱਲੀ ਨੰਬਰ ਗੱਡੀ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ। ਐਫੀਡੇਵਿਟ ਵਗੈਰਾ ਵੀਰ ਕਢਵਾ ਕੇ ਦੇਣਗੇ ਵੀਰੇ। ਏਰੀਆ ਮਲੋਟ ਏਰੀਆ ਵੀਰਾਂ ਦਾ, ਉੱਥੇ ਵੀਰਾਂ ਕੋਲ ਗੱਡੀ ਹੈ, ਗੱਡੀ ਦੀ ਡਿਮਾਂਡ ਰੱਖੀ ਗਈ ਹੈ 25,000 ਰੁਪਇਆ, ਬਾਕੀ ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ, ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਪੇਪਰ ਵਗੈਰਾ ਜ਼ਰੂਰ ਵੈਰੀਫਾਈ ਕਰੋ। ਹਾਂਜੀ ਵੀਰੇ, ਆਪਾਂ ਤੁਹਾਨੂੰ ਮਰੂਤੀ ਸਵਿਫਟ ਗੱਡੀ ਦਿਖਾ ਰਹੇ ਹਾਂ। ਮਰੂਤੀ ਸਵਿਫਟ ਵੀਰੇ 2007 ਮਾਡਲ ਗੱਡੀ ਹੈ, BXI ਵਰਜਨ ਹੈ, ਪੈਟਰੋਲ ਵਰਜਨ ਦੇ ਵਿੱਚ ਗੱਡੀ ਹੈ ਵੀਰੇ, BXI ਹੈ, ਪਾਵਰ ਗੱਡੀ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ। ਗੱਡੀ ਦੇ ਜੋ ਟਾਇਰ ਨੇ 70-80 ਪੈਸੇ ਟਾਇਰ ਨੇ, ਬੇਦਾਗ, ਸਾਫ਼ ਸੁਥਰੇ, ਵਧੀਆ ਓਰਿਜਨਲ ਟਾਇਰ ਨੇ, ਪੂਰੀ ਓਕੇ ਕੰਡੀਸ਼ਨ ਹੈ, ਵਧੀਆ ਸਾਫ਼ ਸੁਥਰਾ ਰੰਗ ਪੇਂਟ ਹੈ ਵੀਰੇ, ਹਲਕੇ ਫੁਲਕੇ ਮਾਈਨਰ ਸਕਰੈਚਸ ਨੇ, ਬਾਕੀ ਕੋਈ ਐਕਸੀਡੈਂਟ ਨਹੀਂ, ਕੋਈ ਡੈਮੇਜ ਨਹੀਂ, ਕੋਈ ਕਿਤੋਂ ਗਲੀ ਸੜੀ ਨਹੀਂ, ਬਾਡੀ ਲਾਈਨ ਦੀ ਗੱਡੀ ਸਾਫ਼ ਸੁਥਰੀ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ। 68,000 ਕਿਲੋਮੀਟਰ ਗੱਡੀ ਚੱਲੀ ਵੀ ਹੈ, ਓਰਿਜਨਲ ਚੱਲੀ ਹੈ, ਪੈਟਰੋਲ ਪਲੱਸ CNG ਹੈ ਵੀਰੇ, CNG ਕਿੱਟ ਲੱਗੀ ਵੀ ਹੈ, ਰਜਿਸਟਰਡ ਕਿੱਟ ਲੱਗੀ ਹੈ RC ਦੇ ਉੱਪਰ, ਬਾਕੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ। ਇੰਟੀਰੀਅਰ ਬਾਰੇ ਗੱਲ ਕਰੀਏ, ਵਧੀਆ ਟੌਪ ਕਲਾਸ ਦੇ ਸ਼ੀਟ ਕਵਰ ਵਗੈਰਾ ਲੱਗੇ ਨੇ, ਮੈਟਿੰਗ ਹੋਈ ਵੀ ਹੈ, ਮਿਊਜ਼ਿਕ ਸਿਸਟਮ, AC ਹੀਟਰ ਬਿਲਕੁਲ ਓਕੇ ਚੱਲਦਾ ਹੈ, ਬਾਕੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ। ਪੈਟਰੋਲ ਵਰਜਨ ਹੈ ਵੀਰੇ, ਦਿੱਲੀ ਨੰਬਰ ਗੱਡੀ ਹੈ, NOC ਵਗੈਰਾ ਵੀਰ ਕਢਵਾ ਕੇ ਦੇਣਗੇ। ਏਰੀਆ ਵੀਰੇ ਦਿੱਲੀ ਲੋਕੇਸ਼ਨ ਹੈ ਵੀਰਾਂ ਦੀ, ਬਹਾਦਰਗੜ੍ਹ ਸਾਈਡ, ਉੱਥੇ ਵੀਰਾਂ ਕੋਲ ਗੱਡੀ ਹੈ, ਗੱਡੀ ਦੀ ਡਿਮਾਂਡ ਰੱਖੀ ਗਈ ਹੈ 95,000 ਰੁਪਇਆ, ਬਾਕੀ ਮੌਕੇ 'ਤੇ ਡਿਸਕਾਊਂਟ ਹੋ ਜਾਏਗਾ, ਨੰਬਰਾਂ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ, ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ। ਵਧੀਆ ਕੰਡੀਸ਼ਨ ਦੇ ਵਿੱਚ ਗੱਡੀ ਹੈ ਵੀਰੇ। ਸੋ ਨਾਲ ਹੀ ਗੱਡੀ ਖਰੀਦਣ ਵੇਲੇ ਪੇਪਰ ਵਗੈਰਾ ਜ਼ਰੂਰ ਵੈਰੀਫਾਈ ਕਰੋ। ਹਾਂਜੀ ਵੀਰੇ, ਆਪਾਂ ਤੁਹਾਨੂੰ ਰੋਇਲ ਇਨਫੀਲਡ ਮੋਟਰਸਾਈਕਲ ਦਿਖਾ ਰਹੇ ਹਾਂ। ਰੋਇਲ ਇਨਫੀਲਡ ਕਲਾਸਿਕ ਮੋਟਰਸਾਈਕਲ ਹੈ ਵੀਰੇ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ। ਮੋਟਰਸਾਈਕਲ ਦੇ ਜੋ ਟਾਇਰ ਨੇ 70-80 ਪੈਸੇ ਟਾਇਰ ਨੇ, ਬੇਦਾਗ, ਸਾਫ਼ ਸੁਥਰੇ, ਵਧੀਆ ਓਰਿਜਨਲ ਟਾਇਰ ਨੇ, ਪੂਰੀ ਓਕੇ ਕੰਡੀਸ਼ਨ ਹੈ। 12,000 ਕਿਲੋਮੀਟਰ ਚੱਲਿਆ ਹੋਇਆ ਵੀਰੇ, ਓਰਿਜਨਲ ਚੱਲਿਆ ਮੋਟਰਸਾਈਕਲ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ। ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਮੋਟਰਸਾਈਕਲ ਤੁਸੀਂ ਦੇਖ ਸਕਦੇ ਹੋ, ਬਿਲਕੁਲ ਸਮੂਥ ਚੱਲਦਾ ਹੈ। 14 ਮਾਡਲ ਹੈ ਵੀਰੇ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ। ਇੰਜਨ ਗੇਅਰ ਦੀ ਕੰਡੀਸ਼ਨ ਬਿਲਕੁਲ ਓਕੇ ਹੈ, ਚਲਾ ਕੇ ਦੇਖ ਸਕਦੇ ਹੋ ਤੁਸੀਂ, ਕੋਈ ਕਿਤੋਂ ਲੀਕ ਵਗੈਰਾ ਨਹੀਂ, ਸੈਲਫ ਸਟਾਰਟ ਹੈ, ਬਾਕੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਵੀਰੇ। ਚੈਨ ਸੈੱਟ ਵਗੈਰਾ, ਬੈਟਰੀ ਵਗੈਰਾ ਬਿਲਕੁਲ ਓਕੇ ਹੈ, ਕੋਈ ਪਾਰਟ ਨਹੀਂ ਚੇਂਜ ਹੋਇਆ, ਓਰਿਜਨਲ ਪਾਰਟਸ ਨੇ, ਕੋਈ ਡੈਮੇਜ ਨਹੀਂ, ਕੋਈ ਡੈਂਟ ਨਹੀਂ, ਕੋਈ ਐਕਸੀਡੈਂਟ ਨਹੀਂ, ਓਰਿਜਨਲ ਰੰਗ ਪੇਂਟ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ। ਪੰਜਾਬ ਨੰਬਰ ਹੈ ਮੋਟਰਸਾਈਕਲ, ਪੇਪਰ ਵਗੈਰਾ ਸਾਰੇ ਕੰਪਲੀਟ ਨੇ। ਏਰੀਆ ਵੀਰੇ ਫਾਜ਼ਿਲਕਾ ਏਰੀਆ ਵੀਰਾਂ ਦਾ, ਉੱਥੇ ਵੀਰਾਂ ਕੋਲ ਮੋਟਰਸਾਈਕਲ ਹੈ,
ਮੋਟਰਸਾਈਕਲ ਦੀ ਡਿਮਾਂਡ ਰੱਖੀ ਗਈ 1,00,000 ਰੁਪਇਆ, ਬਾਕੀ ਮੌਕੇ ਤੇ ਡਿਸਕਾਊਂਟ ਹੋ ਜਾਏਗਾ। ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ, ਇਸ ਨੰਬਰ ਤੇ ਕਾਲ ਕਰਕੇ ਤੁਸੀਂ ਮੋਟਰਸਾਈਕਲ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ, ਮੋਟਰਸਾਈਕਲ ਖਰੀਦਣ ਵੇਲੇ ਪੇਪਰ ਵਗੈਰਾ ਜ਼ਰੂਰ ਵੈਰੀਫਾਈ ਕਰੋ। ਹਾਂਜੀ ਵੀਰੇ, ਆਪਾਂ ਇਹਨੂੰ ਮਰੂਤੀ ਅਲਟੋ ਗੱਡੀ ਦਿਖਾ ਰਹੀ ਹੈ। ਮਰੂਤੀ ਅਲਟੋ 2009 ਮਾਡਲ ਗੱਡੀ ਹੈ ਵੀਰੇ, LX ਵੇਰੀਐਂਟ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ। ਗੱਡੀ ਦੇ ਜੋ ਟਾਇਰ ਨੇ, ਚਾਰੋ ਟਾਇਰ ਬਿਲਕੁਲ ਨਵੇਂ ਨੇ, ਬੇਦਾਗ, ਸਾਫ਼ ਸੁਥਰੇ, ਵਧੀਆ ਓਰੀਜਨਲ ਨਵੇਂ ਟਾਇਰ ਨੇ, ਬਿਲਕੁਲ ਓਕੇ ਕੰਡੀਸ਼ਨ ਹੈ। ਬੰਪਰ ਟੂ ਬੰਪਰ ਸਾਰਾ ਓਰੀਜਨਲ, ਰੰਗ ਪੇਂਟ ਹੈ, ਕੋਈ ਡੈਮੇਜ ਨਹੀਂ, ਕੋਈ ਡੈਂਟ ਨਹੀਂ, ਕੋਈ ਐਕਸੀਡੈਂਟ ਨਹੀਂ, ਵੈਲ ਮੇਨਟੇਨ ਗੱਡੀ ਹੈ, ਪੂਰੀ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ। ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਦੇਖ ਸਕਦੇ ਹੋ ਵੀਰੇ, ਸੀਲਡ ਇੰਜਨ ਗੇਅਰ ਹੈ, ਸਰਵਿਸ ਵਗੈਰਾ ਗੱਡੀ ਦੀ ਹੋਈ ਵੀ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ। ਨਵੀਂ ਬੈਟਰੀ ਲੱਗੀ ਹੈ ਗੱਡੀ ਨੂੰ। ਬਾਕੀ ਇੰਟੀਰੀਅਰ ਬਾਰੇ ਗੱਲ ਕਰੀਏ, ਵਧੀਆ ਟੌਪ ਕਲਾਸ ਦੇ ਸ਼ੀਟ ਕਵਰ ਵਗੈਰਾ ਲੱਗੇ ਨੇ, ਮੈਟਿੰਗ ਹੋਈ ਵੀ ਹੈ, ਮਿਊਜ਼ਿਕ ਸਿਸਟਮ, ਏਸੀ ਹੀਟਰ ਬਿਲਕੁਲ ਓਕੇ ਚੱਲਦਾ ਹੈ, ਪਾਵਰ ਸਟੇਅਰਿੰਗ ਹੈ ਵੀਰੇ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ। ਪੰਜਾਬ ਨੰਬਰ ਗੱਡੀ ਹੈ, VIP ਨੰਬਰ ਹੈ, ਪੇਪਰ ਕੰਪਲੀਟ ਨੇ। ਏਰੀਆ ਵੀਰੇ ਝੁਨੀਰ ਪਿੰਡ ਹੈ ਵੀਰਾਂ ਦਾ, ਜ਼ਿਲ੍ਹਾ ਮਾਨਸਾ, ਉੱਥੇ ਵੀਰਾਂ ਕੋਲ ਗੱਡੀ ਹੈ। ਗੱਡੀ ਦੀ ਡਿਮਾਂਡ ਰੱਖੀ ਗਈ 1,40,000 ਰੁਪਇਆ, ਬਾਕੀ ਮੌਕੇ ਤੇ ਡਿਸਕਾਊਂਟ ਹੋ ਜਾਏਗਾ। ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ, ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ। ਸੋ ਨਾਲ ਵੀਰੇ, ਗੱਡੀ ਖਰੀਦਣ ਵੇਲੇ ਪੇਪਰ ਵਗੈਰਾ ਜ਼ਰੂਰ ਵੈਰੀਫਾਈ ਕਰੋ। ਹਾਂਜੀ ਵੀਰੇ, ਆਪਾਂ ਤੁਹਾਨੂੰ ਟੋਇਟਾ ਕੈਮਰੀ ਗੱਡੀ ਦਿਖਾ ਰਹੀ ਹੈ। ਟੋਇਟਾ ਕੈਮਰੀ ਵੀਰੇ 2010 ਮਾਡਲ ਗੱਡੀ ਹੈ, ਬਿਲਕੁਲ ਓਕੇ ਕੰਡੀਸ਼ਨ ਵਿੱਚ। ਗੱਡੀ ਦੇ ਜੋ ਟਾਇਰ ਨੇ, ਚਾਰੋ ਟਾਇਰ ਬਿਲਕੁਲ ਨਵੇਂ ਨੇ, ਬੇਦਾਗ, ਸਾਫ਼ ਸੁਥਰੇ, ਵਧੀਆ ਓਰੀਜਨਲ ਟਾਇਰ ਨੇ, ਅਲੋਏ ਵੀ ਲੱਗੇ ਪਏ ਨੇ, ਵਧੀਆ ਕੁਆਲਿਟੀ ਦੇ ਹੈਵੀ ਅਲੋਏ ਵੀ ਲੱਗੇ ਨੇ ਵੀਰੇ। ਬਾਕੀ ਓਵਰਆਲ ਕੰਡੀਸ਼ਨ ਗੱਡੀ ਦੀ ਬਿਲਕੁਲ ਓਕੇ ਹੈ। ਬੰਪਰ ਟੂ ਬੰਪਰ ਸਾਰਾ ਓਰੀਜਨਲ, ਰੰਗ ਪੇਂਟ ਹੈ, ਕੋਈ ਡੈਮੇਜ ਨਹੀਂ, ਕੋਈ ਡੈਂਟ ਨਹੀਂ, ਕੋਈ ਐਕਸੀਡੈਂਟ ਨਹੀਂ, ਗੱਡੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ, ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ। ਇੰਜਨ ਗੇਅਰ ਦੀ ਕੰਡੀਸ਼ਨ ਬਿਲਕੁਲ ਓਕੇ ਵੀਰੇ, ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਦੇਖ ਸਕਦੇ ਹੋ, ਬਿਲਕੁਲ ਸਮੂਥ ਚੱਲਦੀ ਹੈ। ਇੰਜਨ ਗੇਅਰ ਦੀ ਕੰਡੀਸ਼ਨ ਬਿਲਕੁਲ ਓਕੇ ਹੈ, ਬਾਕੀ ਓਵਰਆਲ ਕੰਡੀਸ਼ਨ ਗੱਡੀ ਦੀ ਬਿਲਕੁਲ ਓਕੇ ਹੈ। ਇੰਟੀਰੀਅਰ ਬਾਰੇ ਗੱਲ ਕਰੀਏ, ਵਧੀਆ ਸ਼ੀਟ ਕਵਰ ਵਗੈਰਾ ਲੱਗੇ ਨੇ, ਮੈਟਿੰਗ ਹੋਈ ਵੀ ਹੈ, ਮਿਊਜ਼ਿਕ ਸਿਸਟਮ, ਏਸੀ ਹੀਟਰ ਬਿਲਕੁਲ ਓਕੇ ਚੱਲਦਾ ਹੈ, ਬਾਕੀ ਪੂਰੀ ਲਗਜ਼ਰੀ ਗੱਡੀ ਹੈ ਵੀਰੇ, 6 ਏਅਰਬੈਗਸ ਨੇ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ, ਸਾਰੇ ਫੀਚਰਸ ਵਰਕਿੰਗ ਨੇ, ਕੋਈ ਕਮੀ ਪੇਸ਼ੀ ਨਹੀਂ ਗੱਡੀ ਦੇ ਵਿੱਚ। ਦਿੱਲੀ ਨੰਬਰ ਹੈ ਵੀਰੇ, ਪੇਪਰ ਵਗੈਰਾ ਸਾਰੇ ਕੰਪਲੀਟ ਨੇ, ਹਾਈ ਲੋ ਏਸੀ ਹੈ, ਟੌਪ ਕਲਾਸ ਦੀ ਕੰਡੀਸ਼ਨ ਹੈ, ਕੋਈ ਕਮੀ ਪੇਸ਼ੀ ਨਹੀਂ ਗੱਡੀ ਦੇ ਵਿੱਚ। NOC ਵਗੈਰਾ ਵੀਰ ਕਟਵਾ ਕੇ ਦੇਣਗੇ, ਬਾਕੀ ਪੇਪਰ ਵਗੈਰਾ ਓਵਰਆਲ ਸਾਰੇ ਕੰਪਲੀਟ ਨੇ ਵੀਰੇ। ਏਰੀਆ ਚੜਿੱਕ ਪਿੰਡ ਹੈ ਵੀਰਾਂ ਦਾ, ਮੋਗਾ ਦੇ ਲਾਗੇ, ਉੱਥੇ ਵੀਰਾਂ ਕੋਲ ਗੱਡੀ ਹੈ। ਗੱਡੀ ਦੀ ਡਿਮਾਂਡ ਰੱਖੀ ਗਈ ਹੈ 2,50,000 ਰੁਪਇਆ, ਬਾਕੀ ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ, ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ, ਗੱਡੀ ਖਰੀਦਣ ਵੇਲੇ ਪੇਪਰ ਵਗੈਰਾ ਜ਼ਰੂਰ ਵੈਰੀਫਾਈ ਕਰੋ। ਹਾਂਜੀ ਵੀਰੇ, ਆਪਾਂ ਤੁਹਾਨੂੰ ਮਰੂਤੀ 800 ਗੱਡੀ ਦਿਖਾ ਰਹੇ ਹਾਂ। ਮਰੂਤੀ ਅਲਟੋ 800 ਹੈ ਵੀਰੇ, 2013 ਮਾਡਲ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ। ਗੱਡੀ ਦੇ ਜੋ ਟਾਇਰ ਨੇ, 80-85 ਪੈਸੇ ਟਾਇਰ ਨੇ, ਬੇਦਾਗ, ਸਾਫ਼ ਸੁਥਰੇ, ਵਧੀਆ ਓਰੀਜਨਲ ਟਾਇਰ ਨੇ, ਪੂਰੀ ਓਕੇ ਕੰਡੀਸ਼ਨ ਹੈ। ਬੰਪਰ ਟੂ ਬੰਪਰ ਸਾਰਾ ਓਰੀਜਨਲ, ਰੰਗ ਪੇਂਟ ਹੈ, ਕੋਈ ਡੈਮੇਜ ਨਹੀਂ, ਕੋਈ ਡੈਂਟ ਨਹੀਂ, ਕੋਈ ਐਕਸੀਡੈਂਟ ਨਹੀਂ, ਵੈਲ ਮੇਨਟੇਨ ਗੱਡੀ ਹੈ, ਪੂਰੀ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ। ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਦੇਖ ਸਕਦੇ ਹੋ, ਸੀਲਡ ਇੰਜਨ ਗੇਅਰ ਹੈ, ਸਰਵਿਸ ਵਗੈਰਾ ਗੱਡੀ ਦੀ ਹੋਈ ਵੀ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਵੀਰੇ। 42,000 ਕਿਲੋਮੀਟਰ ਗੱਡੀ ਚੱਲੀ ਵੀ ਹੈ, ਓਰੀਜਨਲ ਚੱਲੀ ਹੈ, ਬਾਕੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ। ਓਰੀਜਨਲ ਰੰਗ ਪੇਂਟ ਹੈ ਵੀਰੇ। ਇੰਟੀਰੀਅਰ ਬਾਰੇ ਗੱਲ ਕਰੀਏ, ਵਧੀਆ ਸ਼ੀਟ ਕਵਰ ਵਗੈਰਾ ਲੱਗੇ ਨੇ, ਮੈਟਿੰਗ ਹੋਈ ਵੀ ਹੈ, ਮਿਊਜ਼ਿਕ ਸਿਸਟਮ, ਏਸੀ ਹੀਟਰ ਬਿਲਕੁਲ ਓਕੇ ਚੱਲਦਾ ਹੈ, ਬਾਕੀ ਕੋਈ ਕਮੀ ਪੇਸ਼ੀ ਨਹੀਂ ਗੱਡੀ ਦੇ ਵਿੱਚ। ਪੰਜਾਬ ਨੰਬਰ ਹੈ, ਪੇਪਰ ਵਗੈਰਾ ਸਾਰੇ ਕੰਪਲੀਟ ਨੇ। ਏਰੀਆ ਵੀਰੇ ਕਪੂਰਥਲਾ ਏਰੀਆ ਵੀਰਾਂ ਦਾ, ਉੱਥੇ ਵੀਰਾਂ ਕੋਲ ਗੱਡੀ ਹੈ। ਗੱਡੀ ਦੀ ਡਿਮਾਂਡ ਰੱਖੀ ਗਈ ਹੈ 2,00,000 ਰੁਪਇਆ, ਪਿਓਰ ਪੈਟਰੋਲ ਇੰਜਨ ਹੈ ਵੀਰੇ, ਬਾਕੀ ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ, ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ। ਸੋ ਨਾਲ ਹੀ ਵੀਰੇ, ਗੱਡੀ ਖਰੀਦਣ ਵੇਲੇ ਪੇਪਰ ਵਗੈਰਾ ਜ਼ਰੂਰ ਵੈਰੀਫਾਈ ਕਰੋ। ਥੈਂਕ ਯੂ ਵੀਰੇ। ਸੋ ਥੈਂਕ ਯੂ ਵੀਰੇ, ਜਿਹੜੇ ਵੀਰ ਆਪਣੇ ਚੈਨਲ ਜੱਟਾਂ ਜਹਾਜ਼ ਦੇ ਨਾਲ ਜੁੜੇ ਹੋਏ ਨੇ, ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ। ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਵੀਰਾਂ ਨੂੰ ਰਿਕੁਐਸਟ ਆ ਵੀ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਜ਼ਰੂਰ ਕਰਨਾ ਵੀਰੇ, ਤਾਂ ਜੋ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹਿਣ। ਸੋ ਉਮੀਦ ਕਰਦੇ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ, ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ, ਨਾਲ ਹੀ ਕਮੈਂਟ ਬਾਕਸ ਦੇ ਵਿੱਚ ਆਪਾਂ ਆਪਦੇ ਕੀਮਤੀ ਸੁਝਾਅ ਸਾਨੂੰ ਜ਼ਰੂਰ ਦਿਓ। ਜੇ ਕੋਈ ਸਾਡੇ ਵੱਲੋਂ ਕਮੀ ਪੇਸ਼ੀ ਰਹਿੰਦੀ ਹੈ ਤਾਂ ਸਾਨੂੰ ਪਤਾ ਚੱਲ ਸਕੇ, ਤੇ ਅਸੀਂ ਆਉਣ ਵਾਲੀ ਵੀਡੀਓ ਦੇ ਵਿੱਚ ਸੁਧਾਰ ਕਰਕੇ ਤੁਹਾਡੇ ਲਈ ਚੰਗੀ ਤੋਂ ਚੰਗੀ ਅਗਲੀ ਵੀਡੀਓ ਬਣਾ ਕੇ ਲੈ ਕੇ ਆ ਸਕੀਏ। ਉਮੀਦ ਕਰਦੇ ਵੀਰੇ ਜੁੜੇ ਰਹੋਗੇ ਇਸ ਤਰ੍ਹਾਂ ਆਪਣੇ ਚੈਨਲ ਦੇ ਨਾਲ। ਸੋ ਇੱਕ ਰਿਕੁਐਸਟ ਨੂੰ ਆਪਣੇ ਉਹ ਵੀਰਾਂ ਨੂੰ ਹੈ ਜੋ ਆਪਾਂ ਨੂੰ ਐਡ ਕਰਵਾਉਣ ਲਈ ਮਸ਼ੀਨਰੀ ਸੈਂਡ ਕਰਦੇ ਨੇ। ਸੋ ਪਲੀਜ਼ ਵੀਰੇ ਰਿਕੁਐਸਟ ਹੈ, ਜੋ ਕੋਈ ਮੇਰਾ ਵੀਰ ਐਡ ਕਰਵਾਉਣ ਲਈ ਆਪਣੀ ਮਸ਼ੀਨਰੀ ਸੈਂਡ ਕਰਦਾ ਹੈ ਤਾਂ ਆਪਣੀ ਚੀਜ਼ ਦਾ ਜੋ ਰੇਟ ਹੈ, ਪ੍ਰਾਈਜ਼ ਹੈ, ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਰੱਖੋ ਅਤੇ ਸਹੀ ਜਾਣਕਾਰੀ ਦਿਓ, ਕਿਉਂਕਿ ਵੀਰੇ ਰੇਟ ਬਾਰੇ ਬਹੁਤ ਜ਼ਿਆਦਾ ਕੰਪਲੇਂਟ ਆਉਂਦੀ ਹੈ ਵੀਰਾਂ ਦੀ, ਰੇਟ ਵੀਡੀਓ ਦੇ ਵਿੱਚ ਜ਼ਿਆਦਾ ਰੱਖਿਆ ਜਾਂਦਾ ਹੈ।
ਸੋ ਇਸ ਕਰਕੇ ਵੀਰੇ ਰੇਟ ਚੀਜ਼ਾਂ ਦਾ ਉਹੀ ਰੱਖੋ ਜਿਹੜਾ ਮਾਰਕੀਟ ਵੈਲਿਊ ਹਿਸਾਬ ਨਾਲ ਤੁਹਾਡੀ ਚੀਜ਼ ਦਾ ਬਣਦਾ ਹੈ। ਅਗਰ ਕਿਸੇ ਮੇਰੇ ਵੀਰ ਨੂੰ ਕੋਈ ਰੇਟ ਬਾਰੇ ਪ੍ਰੋਬਲਮ ਹੈ ਆਪਣੇ ਨਾਲ ਵਟਸਐਪ 'ਤੇ ਕਨੈਕਟ ਕਰਕੇ ਆਪਣੀ ਚੀਜ਼ ਦਾ ਰੇਟ ਵਗੈਰਾ ਪਤਾ ਕਰਕੇ ਤੁਸੀਂ ਉਸ ਚੀਜ਼ ਦੀ ਐਡ ਕਰਵਾ ਸਕਦੇ ਹੋ। ਨੰਬਰ 2 ਵੀਰੇ, ਕਈ ਮੇਰੇ ਵੀਰ ਫੇਕ ਜਾਣਕਾਰੀ ਦਿੰਦੇ ਨੇ, ਐਕਸੀਡੈਂਟਲ ਗੱਡੀਆਂ ਨੂੰ, ਟਚਿੰਗ ਵਾਲੀਆਂ ਗੱਡੀਆਂ ਨੂੰ ਓਰੀਜਨਲ ਦੱਸ ਕੇ ਐਡ ਕਰਵਾ ਲੈਂਦੇ ਨੇ। ਜਦੋਂ ਕੋਈ ਵੀਰ ਖਰੀਦਣ ਲਈ ਉਹਨਾਂ ਕੋਲ ਵਿਜ਼ਿਟ ਕਰਦਾ ਜਾਂਦਾ ਵੀਰੇ, ਉਦੋਂ ਦੇਖਦਾ ਉਦੋਂ ਬਿਲਕੁਲ ਉਲਟ ਜਾਣਕਾਰੀ ਮਿਲਦੀ ਹੈ। ਸੋ ਜੋ ਵੀਰ ਖਰੀਦਣ ਲਈ ਤੁਹਾਡੇ ਕੋਲ ਆਉਂਦੇ ਨੇ ਉਹਨਾਂ ਦਾ ਟਾਈਮ ਤੇ ਪੈਸਾ ਦੋਨੋਂ ਵੇਸਟ ਹੁੰਦੇ ਨੇ। ਇਹਨਾਂ ਚੀਜ਼ਾਂ ਤੋਂ ਬਚੋ ਵੀਰੇ, ਸਹੀ ਜਾਣਕਾਰੀ ਦਿਓ, ਸਹੀ ਰੇਟ ਰੱਖੋ ਤਾਂ ਜੋ ਤੁਹਾਡੀਆਂ ਚੀਜ਼ਾਂ ਵੀ ਆਸਾਨੀ ਨਾਲ ਸੇਲ ਹੋ ਸਕਣ ਅਤੇ ਆਪਣੇ ਚੈਨਲ 'ਤੇ ਵੀ ਉਸ ਚੀਜ਼ ਦਾ ਚੰਗਾ ਪ੍ਰਭਾਵ ਪੈ ਸਕੇ। ਸੋ ਕਈ ਮੇਰੇ ਵੀਰ ਫੋਨ ਨੰਬਰ ਵਗੈਰਾ ਆਪਣਾ ਗੱਲ ਦੱਸ ਦਿੰਦੇ ਨੇ ਵੀਰੇ, ਫੋਨ ਨੰਬਰ ਵਗੈਰਾ ਉਹੀ ਦਿਓ ਜਿਹੜਾ ਤੁਸੀਂ ਰੈਗੂਲਰ ਯੂਜ਼ ਕਰਦੇ ਹੋ। ਲੋਕੇਸ਼ਨ ਵਗੈਰਾ ਆਪਣੀ ਟਰੇਸੇਬਲ ਦੱਸੋ ਤਾਂ ਜੋ ਆਸਾਨੀ ਨਾਲ ਵੀਰ ਮੈਪ 'ਤੇ ਸਰਚ ਕਰਕੇ ਤੁਹਾਡੀ ਲੋਕੇਸ਼ਨ ਵਗੈਰਾ 'ਤੇ ਵਿਜ਼ਿਟ ਕਰਕੇ ਤੁਹਾਡੇ ਕੋਲ ਤੁਹਾਡੀ ਚੀਜ਼ ਖਰੀਦ ਸਕਣ। ਇਹਨਾਂ ਚੀਜ਼ਾਂ ਦੇ ਉੱਤੇ ਜ਼ਰੂਰ ਗੌਰ ਕਰੋ ਵੀਰੇ, ਸਪੋਰਟ ਕਰੋ, ਸਾਥ ਦਿਓ, ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਨਾਲ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਦੇ ਕਰੋ ਤਾਂ ਜੋ ਵੀਡੀਓ ਅੱਗੇ ਵੀ ਕਿਸਾਨ ਵੀਰਾਂ ਕੋਲ ਪਹੁੰਚਦੀ ਰਹੇ ਅਤੇ ਆਪਣੇ ਹਰੇਕ ਵੀਰ ਨੂੰ ਮਸ਼ੀਨਰੀ ਖਰੀਦਣ ਦੇ ਵਿੱਚ ਮਦਦ ਮਿਲ ਸਕੇ। ਥੈਂਕ ਯੂ ਵੈਰੀ ਮੱਚ ਵੀਰੇ, ਉਮੀਦ ਕਰ ਰਹੇ ਜੁੜੇ ਰਹੋਗੇ ਇਸ ਤਰ੍ਹਾਂ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ। ਥੈਂਕ ਯੂ।